जिहड़ा ये कंट्रोवर्सी गुरु गोबिंद सिंह महाराज के पुरब दो क्यों होंगे, बिल्कुल गलत गल है। जिहड़े कैलेंडर के मुताबिक तुसीं चलोगे उस कैलेंडर मुताबिक गल करो, उन्हें दो होंगे कि किसी भी एक कैलेंडर तो एक ही तरकड़ आऊगा ना। एक कैलेंडर असी चेत तो शुरू कर दिया कैलेंडर, साडा कैलेंडर 13 मार्च 14 मार्च लगभग आता है जो साडी पहली संगरांद होंदी चेत की, साडा कैलेंडर नानक है उदों शुरू होंदा जी, 13 चेत तो शुरू होया कैलेंडर ते जाके फगन ते साडा आखिरी महीना जिवें जनवरी तो शुरू होया दसंबर के आखिरी महीने तक चलता, उन्हां दा जनवरी चलता तो दसंबर से खत्म होंदा, साडा चेत ते चलता फगन ते खत्म होंदा। साडे चेत तो लैके फगन दे विच दो गुरपुरब होंदे मैनूं दसो, ਤੁਸੀਂ ਲੈ ਕੇ ਅੰਗਰੇਜ਼ ਜਿਹੜਾ ਦੇਸੀ ਕੈਲੰਡਰ ਹੈ ਉਹਦੇ ਉਹਨੂੰ ਤੁਸੀਂ ਅੰਗਰੇਜ਼ੀ ਕੈਲੰਡਰ 'ਚ ਧੁੱਕੀ ਜਾਂਦੇ ਹੋ, ਉਹਨਾਂ ਦੇ ਦਿਨਾਂ ਦਾ ਹੀ ਫਰਕ ਹੈ ਕੈਲੰਡਰ ਦੇ ਟਾਈਮ ਦਾ, ਉਹ 365 ਦਿਨਾਂ ਦਾ, 256 ਦਿਨਾਂ ਦਾ, 356 ਦਿਨਾਂ ਦਾ, ਇਹਨਾਂ ਦਾ ਫਰਕ ਨਹੀਂ ਪੈਣਾ, ਉਹ ਦਿਨ ਫਰਕ ਪੈਣਾ। ਇਸ ਵਾਸਤੇ ਇਹ ਜਿਹੜਾ ਕੈਲੰਡਰ ਹੈ ਇਸ ਕੈਲੰਡਰ ਦੇ ਵਿੱਚ ਕਦੇ ਵੀ ਦੋ ਕਦੇ ਨਹੀਂ ਆਇਆ ਜਾਂ ਇੱਕ ਵਾਰ ਕਦੇ ਨਹੀਂ ਆਇਆ, ਇਹ ਗੱਲ ਨਹੀਂ ਹੈ। ਇੱਕ ਵਾਰ ਹੀ ਹੋ, ਇੱਕ ਹਰ ਸਾਲ ਆਉਂਦਾ ਤੇ ਇਸ ਕੈਲੰਡਰ ਦੇ ਜਿਹੜਾ ਸਾਡਾ ਕੈਲੰਡਰ ਨਾਨਕ ਸ਼ਾਹੀ ਕੈਲੰਡਰ 'ਚ ਹਰ ਸਾਲ ਗੁਰਪੁਰਬ ਆਉਂਦਾ, ਅੰਗਰੇਜ਼ੀ ਕੈਲੰਡਰ 'ਚ ਤਾਂ ਨਹੀਂ ਆਉਂਦਾ, ਫਰਕ ਪੈ ਜਾਂਦਾ ਕਿਉਂਕਿ ਇਹ ਦਿਨ ਉਹਦਾ ਇੱਕ ਕਾਰਨ ਹੋਰ ਹੈ, ਕਿਹੜਾ ਪੋਹ ਦਾ ਮਹੀਨਾ ਹੈ ਉਹ ਅੰਗਰੇਜ਼ੀ ਸਾਲ ਦੇ ਕੈਲੰਡਰ ਦੇ ਆਖਰੀ ਮਹੀਨਿਆਂ ਦੇ ਨਾਲ ਤੇ ਪਹਿਲੇ ਮਹੀਨੇ ਨਾਲ ਜਾ ਕੇ ਜੁੜਦਾ ਹੈਗਾ। ਪੋਹ ਦਾ ਮਹੀਨਾ ਹਮੇਸ਼ਾ ਦਸੰਬਰ ਤੇ ਜਨਵਰੀ ਦੇ ਵਿੱਚ ਆਉਂਦਾ, ਪੋਹ ਮਾਘ, ਮਾਘੀ ਆਪਾਂ ਜਨਵਰੀ ਨੂੰ ਮਨਾਉਂਦੇ ਹਾਂ ਨਾ ਜੀ, 13-14 ਤਰੀਕ ਨੂੰ, ਠੀਕ ਹੈ ਨਾ ਜੀ। ਅਤੇ ਪੋਹ ਜਿਹੜਾ ਦਸੰਬਰ 13-15-16 ਨੂੰ ਸ਼ੁਰੂ ਹੁੰਦਾ, 16 ਦਸੰਬਰ ਦੇ ਲਗਭਗ ਹੀ ਸ਼ੁਰੂ ਹੁੰਦਾ। ਹੁਣ ਇਹ ਮਹੀਨੇ ਦੇ ਉਹ ਆਖਰੀ ਦਿਨਾਂ ਤੋਂ ਉਹਨਾਂ ਦਾ ਸਾਲ ਬਦਲ ਜਾਂਦਾ ਸੀ, ਕੀ ਕਰ ਸਕਦੇ ਹਾਂ। ਸਾਡਾ ਹੁਣ ਮੰਨ ਲਓ ਉਹਨਾਂ ਦਾ ਸਾਲ ਬਦਲ ਗਿਆ, ਸਾਡਾ ਗੁਰਪੁਰਬ ਅਗਲੇ ਜਨਵਰੀ 'ਚ ਆ ਵੜਿਆ ਅਤੇ ਉਹਨਾਂ ਦਾ ਸਾਲ ਬਦਲ ਗਿਆ, ਸਾਡਾ ਗੁਰਪੁਰਬ ਦਸੰਬਰ 'ਚ ਰਹਿ ਗਿਆ। ਇਹਨਾਂ ਨੇ ਕੀਤਾ ਕੀ, ਪੂਰੇਵਾਲ ਦਾ ਕੈਲੰਡਰ ਬਣਾਇਆ ਜੋ ਰੌਲੇ ਪੈ ਗਏ। ਇਹਨਾਂ ਨੇ ਕਿਹਾ ਬੰਦਿਆਂ ਨੂੰ ਜੋੜੀਏ ਕਿਵੇਂ, ਇਸ ਇਹਦੇ ਉੱਤੇ ਲੱਗ ਪਈ ਹੁਣ ਸਾਡੀ ਹੇਠੀ ਹੋ ਗਈ ਕਿਉਂਕਿ ਜਵਾਬ ਨਹੀਂ ਆਏ। ਉਦੋਂ ਮੈਨੂੰ ਯਾਦ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਅਤੇ ਦੂਜੇ ਸਾਰੇ ਜਿੰਨੇ ਆਗੂ ਸੀ ਉਸ ਵੇਲੇ ਦੇ, ਜਾਂ ਜਿਹੜੀਆਂ ਹੋਰ ਸੰਪਰਦਾਵਾਂ ਦਾ ਮੁਖੀ ਸੀ, ਰਾੜਾ ਸਾਹਿਬ ਦੀ ਸੰਪਰਦਾ ਦੇ ਮੁਖੀ ਸੀ, ਹੋਰ ਮੁਖੀ ਸਨ, ਇਹਨਾਂ ਨੇ ਬੜੇ ਸਵਾਲ ਕੀਤੇ, ਕਿਤੇ ਨਹੀਂ ਜਵਾਬ ਉਹ ਦੇ ਸਕੇ। ਅੱਛਾ, ਕਿਹਾ ਕਿ ਆਪਾਂ ਜੀ ਇਹਨੂੰ ਅੱਗੇ ਪਾ ਦਿਉ, ਜਿਵੇਂ ਅੱਜ ਸਾਡੀ ਰਹਿਤ ਮਰਜ਼ਾਦਾ ਨਾ, ਲੋਕ ਕਹਿੰਦੇ ਇਹਨੂੰ ਗੱਲ ਨੂੰ ਛੇੜੋ ਨਾ, ਮੈਂ ਛੇੜਦਾ। ਸੋਚਿਆ ਵੀ ਸਾਨੂੰ ਨੁਕਸਾਨ ਹੋ ਰਿਹਾ, ਆਪਾਂ ਕਿਵੇਂ ਲੋਕਾਂ 'ਚ ਜੋੜੀਏ। ਦਿੱਲੀ ਵਾਲੀ ਕਮੇਟੀ ਨਾਲ ਗੱਲ ਕੀਤੀ, ਉਹਨਾਂ ਕਹਾ ਜੀ ਸਾਡਾ ਤੁਸੀਂ ਦਿਨ ਆਹ ਫਿਕਸ ਕਰ ਦਿਓ ਗੁਰੂ ਤੇਗ ਬਹਾਦਰ ਦਾ, ਉਹਨਾਂ ਨੂੰ ਉਹਨਾਂ ਦਾ ਦਿਨ ਦੇ ਤਾ ਉਹਨਾਂ ਦੀ ਮੰਗ ਮੁਤਾਬਕ। ਹਜ਼ੂਰ ਸਾਹਿਬ ਵਾਲੇ ਨਹੀਂ ਮੰਨੇ, ਪਟਨਾ ਸਾਹਿਬ ਦਾ ਤਖ਼ਤ ਨਹੀਂ ਮੰਨਿਆ, ਉਹਨਾਂ ਕਹਾ ਸਾਡਾ ਪੋਹ ਸੁਦੀ 7ਵੀਂ ਨੂੰ ਪ੍ਰਕਾਸ਼ ਆ, ਦੁਨੀਆਂ 'ਚ ਕੋਈ ਸਾਨੂੰ ਗ੍ਰੰਥ ਲਿਆ ਦਿਓ, ਕੋਈ ਕਿਤਾਬ ਲਿਆ ਦਿਓ, ਕੋਈ ਹਵਾਲਾ ਲਿਆ ਦਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪ੍ਰਕਾਸ਼ ਪੁਰਬ ਆ 5 ਜਨਵਰੀ ਨੂੰ ਆ ਅਸੀਂ ਮੰਨ ਲੈਂਦੇ ਹਾਂ, ਜਾਂ ਉਸ ਤਰ੍ਹਾਂ ਉਸ ਸਮੇਂ ਦੀ ਡੇਟ ਕੱਢ ਦਿਓ 5 ਜਨਵਰੀ ਨੂੰ ਅਸੀਂ ਮੰਨ ਲੈਂਦੇ, ਐਵੇਂ ਕਿਵੇਂ ਮੰਨ ਲਈਏ। ਅੱਜ ਸਾਡੇ ਬੱਚੇ ਦਾ ਜਨਮ ਹੈ, ਮੇਰੇ ਬੱਚੇ ਦਾ ਜਨਮ ਹੈ, ਉਹ ਮੰਨ ਲਓ ਕਿ 6 ਦਸੰਬਰ ਦਾ, ਅਤੇ ਮੈਂ ਆਖਾਂ ਮੈਨੂੰ ਕੋਈ ਆਖੇ ਤਾਂ ਜਨਮਦਿਨ ਜਿਹੜਾ ਤੂੰ ਆਪਾਂ 20 ਦਸੰਬਰ ਨੂੰ ਮਨਾ ਲਾਂਗੇ, ਕੋਈ ਮਨਾਏਗਾ। ਜਿਹੜਾ ਵਾਤਾਵਰਨ ਘਰ ਦੇ ਵਿੱਚ ਪਰਿਵਾਰ 'ਚ ਖੁਸ਼ੀ ਦਾ 6 ਦਸੰਬਰ ਨੂੰ ਲਾਵੇ, ਸਾਡੇ ਪੁੱਤ ਜਨਮਿਆ ਸੀ, ਉਹ ਉਹੀ ਹੋਣਾ ਜੋ ਵਾਤਾਵਰਨ ਪੋਹ ਸੁਦੀ 7ਵੀਂ ਨੂੰ ਬਣਦਾ, ਜੋ ਵਾਤਾਵਰਨ ਕੱਤਕ ਦੀ ਪੂਰਨਮਾਸ਼ੀ ਨੂੰ ਬਣਨਾ, ਜੋ ਵਾਤਾਵਰਨ ਬਾਕੀ ਸਤਿਗੁਰਾਂ ਦੇ ਪ੍ਰਕਾਸ਼ ਪੁਰਬਾਂ 'ਤੇ ਬਣਨਾ ਉਸੇ ਦਿਨ ਹੀ ਬਣਨਾ, ਬਿਲਕੁਲ ਉਹ ਵਾਤਾਵਰਨ ਉਹੀ ਰਹਿਣਾ। ਜੋ ਵਾਤਾਵਰਨ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵਾਲੇ ਦਿਨ ਬਣਨਾ, ਮਗਰ ਸੁਦੀ 5 ਨੂੰ, ਜੋ ਵਾਤਾਵਰਨ ਜੇਠ ਸੁਦੀ 4 ਨੂੰ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਵਾਲੇ ਦਿਨ ਬਣਨਾ, ਉਹ ਹਿਰਦਾ ਉੱਧਰ ਹੀ ਸਿੱਖਾਂ ਦਾ ਜਾਣਦਾ ਕਿ ਅੱਜ ਕਿੱਡਾ ਵੱਡਾ ਜ਼ੁਲਮ ਹੋਇਆ। ਕੋਈ ਮੰਨੇਗਾ ਉਸ ਦਿਨ ਨੂੰ ਅੱਗੇ ਪਿੱਛੇ ਕਰ ਦਿਓ, ਕੋਈ ਨਹੀਂ ਮੰਨੇਗਾ, ਨਾ ਉਹ ਵਾਤਾਵਰਨ ਬਣੇਗਾ। ਇਸ ਵਾਸਤੇ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਮਤਲਬ ਕਿ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਉਹ ਜੀ ਪਾਕਿਸਤਾਨ ਦੇ ਸਿੱਖਾਂ ਦੇ ਖਾਤੇ ਪਾਤਾ, ਪਾਕਿਸਤਾਨ ਵਾਲਿਆਂ ਨੂੰ ਮਨਾ ਲਿਆ। ਉਹਦੇ 'ਚ ਕੁਛ ਬਾਹਰਲੇ ਲੋਕ ਸੀ ਜਿਹੜੇ ਪੂਰੇਵਾਲ ਨੂੰ ਸਪੋਰਟ ਕਰਦੇ ਸੀ, ਉੱਥੇ ਤਾਂ ਵੀ ਸਾਰੀ ਸੰਗਤ ਕੈਲੰਡਰ ਨਾਲ ਸਹਿਮਤ ਰਹੀਆਂ। ਉਹ ਉਹਨਾਂ ਨੇ ਕੀਤਾ, ਉਹ ਜੀ ਪਾਕਿਸਤਾਨ ਵਾਲੇ ਕਹਿੰਦੇ ਕਿ ਇਹਦਾ ਦਿਨ ਦਾ 16 ਜੂਨ ਨੂੰ ਆਪਾਂ ਫਿਕਸ ਕਰ ਦਈਏ ਜੀ, ਉਹ ਕਦੇ ਕਰ ਦਿਓ। ਉਹ ਵਿਚਾਰੇ ਗੱਲ ਸੁਣੋ, ਕਮੇਟੀਆਂ ਗੱਲ ਸੁਣੋ, ਕਮੇਟੀਆਂ ਕੀ ਹੁੰਦੀਆਂ, ਸਰਨੇ ਦੀ ਕਮੇਟੀ ਸੀ, ਉਹ ਬਦਲ ਕੇ ਜੀ ਕੇ ਦੀ ਕਮੇਟੀ ਆ ਗਈ, ਉਹ ਕਹਿੰਦਾ ਮੈਂ ਤਾਂ ਕਾਲ ਤਖ਼ਤ ਦਾ ਮੰਨੂ। ਮੇਰੀ ਗੱਲ ਸੁਣੋ, ਮੈਂ ਉਸ ਗੱਲ ਦੱਸੀ, ਕਹਿੰਦੇ ਵੇਖੋ ਮੈਂ ਵਿਦਵਾਨ ਤਾਂ ਨਹੀਂ ਹਾਂ, ਮੈਂ ਕਿਹਾ ਸਰਨਾ ਸਾਹਿਬ ਜੇ ਵਿਦਵਾਨ ਨਹੀਂ ਆ ਨਾ ਤਾਂ ਤੁਸੀਂ ਇੱਕ ਗੱਲ 'ਤੇ ਤਾਂ ਖੜੋ ਨਾ ਵੀ ਕਾਲ ਤਖ਼ਤ ਸਿੱਖਾਂ ਦਾ ਕੇਂਦਰ ਆ। ਉਹ ਹੁਣ ਸਰਨਾ ਸਾਹਿਬ ਫਸ ਗਏ ਉੱਥੇ,
ਕਿਉਂਕਿ ਪਿਛਲੀਆਂ ਪਹਿਲਾਂ ਸਰਨਾ ਸਾਹਿਬ ਸੀਗੇ, ਪਹਿਲਾਂ ਮੰਗ ਨੀ ਉਹਨਾਂ ਨੇ ਕਿਹਾ ਸਰਨਾ ਸਾਹਿਬ ਨੂੰ ਸੈਟਿਸਫਾਈ ਕਰ, ਤੁਸੀਂ ਆਹ ਰੱਖ ਲਓ, ਚਲੋ ਠੀਕ ਹੈ ਸਾਡਾ ਐਂ ਕਰ ਦਿਓ। ਉਹ ਤੋਂ ਬਾਅਦ ਜੀ ਕੇ ਆ ਗਿਆ, ਉਹਨੇ ਕਿਹਾ ਨਾ ਅਸੀਂ ਕਾਲ ਤਖ਼ਤ ਨਾਲ, ਹਰਮੀਤ ਸਿੰਘ ਕਾਲਕਾ ਆਏ, ਅਸੀਂ ਕਾਲ ਤਖ਼ਤ ਨਾਲ ਠੀਕ ਆ ਦਿਨ ਮਨਾਉਂਦੇ ਰਹੇ। ਅੱਜ ਮਨਾਏ ਜਾ ਰਹੇ ਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਿਨ, 24 ਨੂੰ ਰੱਖਿਆ ਸੀ, ਆਹ ਦਿੱਲੀ 'ਚ 28 ਨੂੰ ਮਨਾਇਆ ਗਿਆ। ਕਿਉਂ ਮਨਾਇਆ ਗਿਆ, ਕਿਉਂ ਮਨਾਇਆ ਗਿਆ? ਕਿਉਂਕਿ ਪਿਛਲੀਆਂ ਕਮੇਟੀਆਂ ਨੇ ਤਰਤੀਬ ਬੰਨ੍ਹਤੀ, ਠੀਕ ਹੈ। ਪਾਕਿਸਤਾਨ ਦੇ ਵਿੱਚ ਰੌਲਾ ਪੈਂਦਾ ਸਾਡੇ ਜਥੇ ਦਾ, ਮੈਂ ਕਹਿੰਦਾ ਵੀ ਸਾਡੇ ਪ੍ਰਧਾਨਾਂ ਨੂੰ ਸਾਰਿਆਂ ਨੂੰ ਸ਼ਾਬਾਸ਼, ਇਹਨਾਂ ਪ੍ਰਧਾਨਾਂ ਸਾਡਿਆਂ ਦੇ ਜਿਨ੍ਹਾਂ ਨੇ ਬਿਲਕੁਲ ਕਾਲ ਤਖ਼ਤ ਦੇ ਫੈਸਲੇ ਉਲਟ ਜਾ ਕੇ ਪਾਕਿਸਤਾਨ ਦੀ ਕਮੇਟੀ ਦਾ ਪੂਰਾ ਜ਼ੋਰ ਲੱਗ ਗਿਆ ਕਿ ਤੁਸੀਂ ਜੀ ਸਾਡਾ ਦਿਨ ਇਹਨੂੰ ਸਾਡੇ ਵਾਲਾ ਦਿਨ ਦੇ ਉੱਤੇ ਜਥੇ ਕਰੋ। ਕੁਛ ਲੋਕਾਂ ਦੇ ਵਿੱਚੋਂ ਤਿਆਰੀ ਤੁਰੀ ਵੀ ਕੀਤੀ, ਚਲੋ ਵੇਖ ਲੈਂਦੇ ਕਰਕੇ, ਪਰ ਪੰਥ ਨਹੀਂ ਮੰਨਿਆ ਔਰ ਉਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਸ਼ਹੀਦੀ ਪੁਰਬ ਮਨਾਇਆ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ, ਇਹ ਕਿਉਂਕਿ ਪਟਨਾ ਸਾਹਿਬ ਦਾ ਤਖ਼ਤ ਨਹੀਂ ਸੀ ਮੰਨਿਆ, ਹਜ਼ੂਰ ਸਾਹਿਬ ਦਾ ਤਖ਼ਤ ਨਹੀਂ ਸੀ ਮੰਨਿਆ, ਉਹਨਾਂ ਨੇ ਨਹੀਂ ਮੰਨਿਆ ਅਤੇ ਉਹ ਦਿਨ ਉੱਥੇ ਉਵੇਂ ਰਿਹਾ। ਲੇਕਿਨ ਇੱਧਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾਂ ਸਾਡੀਆਂ ਸੰਪਰਦਾਵਾਂ ਜਾਂ ਸਾਡੀਆਂ ਜਥੇਬੰਦੀਆਂ ਮੋਹਾਂ ਪੁਰਸ਼ਾਂ ਨੇ ਕਿਸੇ ਨੇ ਨਹੀਂ ਮੰਨਿਆ। ਉਹਨਾਂ ਨੇ ਕਿਹਾ ਗੁਰੂ ਸਾਹਿਬ ਦਾ ਜਿੱਦਣ ਦਾ ਦਿਹਾੜਾ ਉੱਦਣ ਹੀ ਮਨਾਵਾਂਗੇ, ਤੁਸੀਂ ਤਾਂ ਮਰਜ਼ੀ ਫੈਲਾ ਕਰੀ। ਅਖੀਰ ਦੇ ਵਿੱਚ ਸੰਗਤਾਂ ਨੂੰ ਕੀ ਸੋਚ ਫਸੀ ਰਹੀ? ਨਹੀਂ, ਸੰਗਤ ਦੁਬਿਧਾ 'ਚ ਹੈ ਹੀ ਨਹੀਂ। ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸੰਗਤ ਦਾ ਇੱਕੋ ਹੀ ਪੱਖ ਇਸ ਬਚਾਅ ਪੱਖ ਹੈ, ਜਿਹੜਾ ਵਧੀਆ ਪੱਖ ਰਿਹਾ, ਸ਼ਕਤੀਸ਼ਾਲੀ ਪੱਖ ਰਿਹਾ, ਉਹ ਇਹ ਰਿਹਾ ਕਿ ਸੰਗਤ ਦੁਬਿਧਾ 'ਚ ਪਈ ਨਹੀਂ। ਅਕਾਲ ਤਖ਼ਤ ਜੋ ਫੈਸਲਾ ਕਰਤਾ, ਜੇ ਸੰਗਤ ਨੂੰ ਉਦੋਂ ਕੁਛ ਸਮੇਂ ਲਈ ਦਸ ਸਾਲ ਹੀ ਕੈਲੰਡਰ ਚੱਲਿਆ, ਉਹ ਦੁਬਿਧਾ ਪਾਈ ਸੀ, ਪੰਥ ਨੇ ਦੁਬਿਧਾ ਕੱਢਤੀ, ਪੰਥ ਨੇ ਦੁਬਿਧਾ ਕੱਢਤੀ, ਬੜੀ ਮਿਹਨਤ ਕਰਨੀ ਪਈ ਇਹਦੇ ਵਾਸਤੇ, ਅਤੇ ਲੋਕਾਂ ਨੇ ਉਦੋਂ ਹੀ ਮੰਨ ਲਿਆ ਵੀ ਠੀਕ ਆ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹੋ ਗਿਆ। ਦੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ।